ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਸਟਰਕਸ਼ਨ ਵਾਲੇ ਮੁੰਡਿਆਂ ਦੀ ਗੱਲ ਕਰਨ ਜਾ ਰਹੇ, ਕਹਿੰਦਾ ਕਦੇ ਕਿਸੇ ਜਨਾਨੀ ਨਾਲ ਬਹਿਸ ਨਹੀਂ ਕੀਤੀ, ਹੱਥ ਬੰਨ੍ਹ ਕੇ ਅੱਗੇ ਲੰਘਾ ਦਿੰਦੇ ਹਾਂ, ਗੁੱਟ ਛੜਾਇਆ ਨਹੀਂ ਕਦੇ ਬਰਾਬਰ ਦੇ ਤੋਂ ਬਗਾਨੇ ਦੀ ਬਾਂਹ ਹੀ ਲਾਹ ਦਿੰਦੇ ਹਾਂ, ਲਫੜਾ ਵੱਜ ਜੇ ਕਿਤੇ ਟਿਕਾਣੇ 'ਤੇ ਗਰੰਟੀ ਆ ਵੀ ਤੇਈਆ ਤਾਪ ਹੋਜੂ, ਮਾੜਾ ਧੀੜਾ ਤਾਂਘੜੇ ਤਾਂ ਅੱਖੀ ਦਾ ਛੱਡ ਯਾਰਾ ਤਾਂ ਐਵੇਂ ਬਿੱਲੀ ਪਾਪ ਹੋਜੂ। ਆਪਣੇ ਨੂੰ ਘੂਰ ਦਈਦਾ ਮਸਲਾ ਹੱਲ ਹੋਣ 'ਤੇ, ਗਰਾਰੀ ਅੜੇ 'ਤੇ ਹਮ ਹੀ ਉਸੇ ਦੀ ਭਰਦੇ ਨੇ, ਅੜਕੇ ਤਾਂ ਤਲਵਾਰ ਆ ਫਿਰ ਵੱਡੇ ਛੋਟੇ ਦੇ ਲਿਹਾਜ਼ ਵੀ ਘੱਟ ਹੀ ਕਰਦੇ ਨੇ। ਬਾਕਰਾਂ 'ਚ ਬੈਠੇ ਨਹੀਂ ਅਸੀਂ ਨਿੱਕੇ ਹੁੰਦੇ, ਮਿੱਟੀ 'ਚ ਲੜ ਲੜ ਕੇ ਪਲੇ ਹਾਂ, 47-84 ਹੰਢਾਇਆ ਬਜ਼ੁਰਗ ਨੇ, ਬਸ ਸਮੇਂ ਨਾਲ ਹੀ ਢਲੇ ਹਾਂ। ਕੁੜਤੇ ਪਜਾਮਿਆਂ 'ਚ ਠੁੱਸ ਸਾਡੀ ਦਾਗ ਲੱਗਣ ਨਹੀਂ ਦਿੰਦੇ ਚਿੱਟਿਆਂ 'ਤੇ, ਫੁੱਲ ਨਹਿਰੂ ਕਰਾਉਂਦੇ ਨੇ ਮੂਹਰੀਆਂ ਤੋਂ, ਮਹਿੰਗਾ ਲੈਦਰ ਚਾੜ੍ਹ ਲੈਂਦੇ ਗੱਟਿਆਂ 'ਤੇ, ਬ੍ਰੈਂਡ ਮਾਰ ਕੇ ਸਭ ਦਿਨਿਆ ਵੀ ਚੀਜ਼ਾਂ, ਕੀ ਐਲਵੀ ਰਮਾਨੀ ਦੇ ਕੋਚ ਆ, ਮਿੱਟੀ 'ਚ ਧਮੁੱਕ ਮਾਰ ਕੇ ਪਾਣੀ ਕੱਢਣਾ, ਕੁਛ ਇੱਦਾਂ ਦੀ ਸਾਡੀ ਸੋਚ ਆ। ਕੰਮ ਸਾਡਾ ਥੋੜ੍ਹਾ ਜਿਹਾ ਭਾਰਾ, ਟਾਵਾਂ ਟੱਲਾ ਹੀ ਸਾਡੇ ਡਿਪਾਰਟਮੈਂਟ 'ਚ ਵੜਦਾ, ਸਾਡੇ ਵਾਲਿਆਂ ਦਾ ਧੱਕਿਆ ਬੰਦਾ ਕੈਲੀਫੋਰਨੀਆ ਜਾ ਕੇ ਸਿਰ ਕੱਢਦਾ। ਚਿੱਟੀਆਂ ਧੌਣਾਂ ਦੇ ਮੋਟੀਆਂ ਚੈਨਾਂ ਪਾ ਕੇ ਇੰਡੀਆ ਜਾਣ ਵਾਲੇ, ਇਹ ਵੀ ਬਾਹਰ ਲੈਂਦੀ ਇੱਕ ਗੰਦੀ ਨਸਲ ਆ, ਜੋ ਅੱਖਾਂ ਮੂਹਰੇ ਕਰਦੇ ਬਿਆਨ ਹਾਲਾਤਾਂ ਨੂੰ, ਮੇਰੇ ਹਿਸਾਬ ਨਾਲ ਤਾਂ ਉਹੀ ਬੰਦਾ ਅਸਲ ਆ। ਕਾਲਿਆਂ ਦੀ ਬਿਲਡਿੰਗ 'ਚ ਕੰਮ ਕਰਨਾ, ਘਰੋਂ ਕਫਨ ਬੰਨ੍ਹ ਕੇ ਜਾਣ ਦੇ ਬਰਾਬਰ ਆ, ਵੀ ਗੰਢਦੇ ਖੜਕਾ ਪਸੰਦ ਨਹੀਂ ਕਰਦੇ ਉੱਥੇ, ਕੋਕ ਜੜਦੇ ਸੂਰਮੇ ਬਹਾਦਰ ਆ, ਸਿੰਘਾਂ ਤੋਂ ਕੰਨੀ ਕਤਰਾਉਂਦੇ ਆ ਕਾਲੇ, ਗੋਰੇ ਸਪਹਿਨੇ ਤਾਂ ਇਹਨਾਂ ਲਈ ਘਾਹ ਫੂਸ ਨੇ, ਉਹਨਾਂ ਗਲੀਆਂ 'ਚ ਦਿਨ ਲੰਘ ਜਾਂਦਾ ਜਿੱਥੇ ਬੰਦੇ ਨੂੰ ਮਹਿੰਗੇ ਕਾਰਤੂਸ ਨੇ। ਐਫ ਵਰਡ ਯੂਜ਼ ਨਹੀਂ ਕੀਤਾ ਕਿਸੇ ਨੇ ਸਾਡੇ ਕੰਮ ਲਈ, ਐਪਰੀਸ਼ੀਏਟ ਕਰਦੇ ਆ ਹਾਰਡ ਵਰਕ ਕਹਿ ਕੇ, ਬਾਡੀ ਕਰਤੀ 12 ਮਾਸੀ ਦਰਖਤ ਵਾਂਗੂ, ਧੁੱਪ ਮੀਂਹ ਨੇਰੀ 'ਚ ਫੀਲ ਨਹੀਂ ਕੀਤਾ ਕਦੇ ਫਰਕ ਸਹਿ ਗਏ। ਕਹਿੰਦਾ ਸਿੱਧੇ ਮੂੰਹ ਬੁਲਾਏ ਨੇ ਬੋਲਦੇ ਪ੍ਰਭਾਤ ਵੇਲੇ, ਇੱਕ ਦੂਜੇ ਨੂੰ ਵੱਢ ਖਾਣੇ ਵਾਂਗੂ ਪੈਂਦੇ ਨੇ, 9 ਵਜੇ ਵਾਲੀ ਚਾਹ ਪੀਣ ਦੀ ਦੇਰ ਆ, ਦੁਪਹਿਰ ਖੜੀ ਦੇ ਫੁੱਲ ਵਾਂਗੂ ਹੀ ਰਹਿੰਦੇ ਨੇ, 90 ਪਾਉਂਡ ਦਾ ਰੋਲਾ ਹੁੰਦਾ ਮੋਢਿਆਂ 'ਤੇ, ਕੌਲਾਂ ਵਾਲੇ ਟੋਭੇ ਤੋਂ ਨੈਣਾਂ ਦੇ ਵੀ ਜਿੰਨੀ ਬਾਟ ਬਣ ਜਾਂਦੀ ਆ ਛੱਤ ਤਾਈਂ, ਦਿਲ ਪਾਟਣ 'ਤੇ ਆ ਜਾਂਦਾ ਪੌੜੀਆਂ ਚੜ੍ਹਦੇ ਆ, ਮੁੜਕਾ ਪੂਝ ਨਹੀਂ ਹੁੰਦਾ ਮੱਥੇ ਤੋਂ ਨੱਕ ਤਾਈਂ। ਕਿਹੜਾ ਕਹਿੰਦਾ ਬਾਹਰ ਮਸ਼ੀਨੀ ਕੰਮ ਆ, ਬਗਾਨੇ ਪੁੱਤ ਬੰਦਾ ਹੀ ਮਸ਼ੀਨ ਬਣਾ ਦਿੰਦੇ ਨੇ, ਚੰਗਿਆਂ ਚੰਗਿਆਂ ਦੇ ਬਲੱਡ ਪ੍ਰੈਸ਼ਰ ਸੂਤ ਆ ਗਏ, ਹੱਥ ਪੈਰ ਵੀ ਟਾਈਮ ਨਾਲ ਹੀ ਕੰਬਣੋਂ ਹਟਾ ਦਿੰਦੇ ਨੇ। ਜਦੋਂ ਅੱਧ ਖੜ ਜੀ ਉਮਰ ਦਾ ਜੈਕ ਹੈਮਰ ਲੈ ਕੇ ਸਕਾਫਲ 'ਤੇ ਬੁੱਕਦਾ, ਫਿਰ ਸਾਰੇ ਦਿਨ 'ਚ ਦਾੜੀ ਜੀ ਝਾੜ ਕੇ ਇੱਕੋ ਵਾਰੀ ਥੁੱਕਦਾ, ਭਾਵੇਂ 60 ਪੁਆਇੰਟਾਂ ਨੂੰ ਲੱਗ ਚੱਲੇ, ਹੱਡ ਨਰੂਆ ਟਾਹਲੀ ਦੇ ਖੁੰਡ ਨੇ ਖੁੰਡ, ਆ ਕੰਮ ਵਾਲੇ ਮਾਮਲੇ 'ਚ ਨਵੇਂ ਜਿਹੇ ਮੁੰਡਿਆਂ ਦੇ ਘੁੰਡ ਕਢਾ ਦਿੰਦੇ ਆ ਘੁੰਡ। ਕਹਿੰਦਾ ਜਨਵਰੀ ਦੇ ਮਹੀਨੇ ਕਦੇ ਕੰਮ ਦੀ ਟੈਨਸ਼ਨ ਨਹੀਂ ਲਈ, ਉਦੋਂ ਜੱਟ ਗੋਰਿਆਂ ਦੇ ਕਲੱਬਾਂ 'ਚ ਹੀ ਰਹਿੰਦਾ, ਕਿਉਂਕਿ ਇੱਕ ਗੱਲ ਸਭ ਨੂੰ ਪਤਾ ਬਰਨਾਲੇ ਵਾਲਿਆ, ਬਾਕੀ 11 ਮਹੀਨੇ ਕੰਮ 'ਚ ਇਸ਼ਕ ਦਾ ਗੜਦਾ ਹੀ ਪੈਂਦਾ, ਬਾਕੀ 11 ਮਹੀਨੇ ਕੰਮ 'ਚ ਇਸ਼ਕ ਦਾ ਗੜਦਾ ਹੀ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।